डीजल अते पेट्रोल दीआं कीमतां विच वाधे खिलाफ अमृतसर जिले दे सारे विधानसभा हलकियां विच प्रदर्शन किते जा रहे हन। कांग्रेस कमेटी दिहाती अमृतसर दे जिला प्रधान भगवंत पाल सिंह सच्चर दी अगवाई विच होई इस रोस मुजाहरे विच संसद मैंबर गुरजीत सिंह औजला, कैबिनेट मंत्री ओम प्रकाश सोनी अते विधायक संतोख सिंह भी शामिल होए। पत्रकारां नाल गल करदिआं सच्चर ने कहा कि अज जदों आलमी मंडी विच कच्चे तेल दीआं कीमतां पिछले कई दहाकियां दे रिकार्ड विच घट हन अते कुछ हफ्तियां पहलां तां मुफ्त दे बराबर भी सन, पर फिर भी बीजेपी सरकार देश विच तेल दीआं कीमतां नूं लगातार वधा के लक तोड़ सत्रां ते लै आई है। ਸਾਡੇ ਵਿੱਚ ਵਿਰਾਜਮਾਨ ਨੇ ਸਰਦਾਰ ਸੁਰਿੰਦਰ ਸਿੰਘ ਇਕੱਠੂ ਨਗਰ ਸਾਬਕਾ ਵਿਧਾਇਕ ਵਜੀਫਾ, ਮੇਰੇ ਛੋਟੇ ਵੀ ਸਰਦਾਰ ਗੁਰਦਾਸ ਸਿੰਘ ਵੀ ਸਰਕਾਰੀ ਆ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ, ਮੇਰੀ ਛੋਟੀ ਭੈਣ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਨਵਨੀਤ ਕੌਰ, ਅੱਜ ਇੱਥੇ ਗੱਲ ਕਰੀਏ ਮੋਦੀ ਦੀ। ਅੱਜ ਸਾਡਾ ਵਿਸ਼ਾ ਪਾਰਟੀ ਵੱਲੋਂ ਸਿਰਫ ਤੇ ਸਿਰਫ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦਾ ਹੈ। ਪਿਛਲੇ ਦਿਨ ਮੁੱਦਾ ਸੀ ਕਿ ਜਿਹੜੇ ਸਾਡੇ ਨੌਜਵਾਨ ਬਾਰਡਰ ਤੇ ਸ਼ਹੀਦ ਹੋਏ ਸਨ ਉਹਨਾਂ ਦਾ ਮੁੱਦਾ ਸੀ, ਅਸੀਂ ਉਸ ਦਿਨ ਵੀ ਇਹ ਸੁੱਕੇ ਹੋਏ ਗੁੰਗੇ ਤੇ ਬਹਿਰੇ ਨੂੰ ਹਰਾਉਣ ਦਾ ਯਤਨ ਕੀਤਾ ਸੀ ਕਿ ਮੋਦੀ ਕੁਛ ਉਹਨਾਂ ਮਾਵਾਂ ਨੂੰ, ਕੁਛ ਉਹਨਾਂ ਭੈਣਾਂ ਨੂੰ ਜਿਨ੍ਹਾਂ ਦੇ ਭਰਾ ਨੂੰ ਮਰਵਾ ਦੇਣਾ, ਉਹਨਾਂ ਪਿਓ ਨੂੰ ਕੁਛ ਜਿਨ੍ਹਾਂ ਦੇ ਮੁੱਛ ਮੁੱਟ ਗਰੂ ਕੋਈ 22 ਸਾਲ ਦਾ ਕੋਈ 24 ਸਾਲ ਦਾ ਤੂੰ ਸ਼ਹੀਦ ਕਰਵਾ ਦੇਣਾ ਤੇ ਤੇਰਾ ਕੀ ਜਾਂਦਾ, ਤੇਰੀਆਂ ਦੋਸਤੀਆਂ ਜਗਦਾਰ ਨੇ, ਅੰਕੜੇ ਇਹ ਗੱਲ ਕਹਿੰਦੇ ਨੇ। ਮੈਂ ਖੁੱਲਾ ਚੈਲੰਜ ਕਰਦਾ ਕਿ ਕਿਸੇ ਵੀ ਟੀਵੀ ਚੈਨਲ ਤੇ ਆ ਕੇ ਆਪਾਂ ਕੋਈ ਵੀ ਨੁਮਾਇੰਦਾ ਭੇਜ ਕੇ ਸਾਡੇ ਨਾਲ ਡਿਬੇਟ ਕਰਵਾ ਲੈ। ਜਦੋਂ ਤੂੰ ਗੁਜਰਾਤ ਦਾ ਮੁੱਖ ਮੰਤਰੀ ਸੈ ਤੇਰੇ ਪਰਾਨਿਆਂ ਕਹਿਤਾ ਕਿ ਤੂੰ ਫਿਰਕਾ ਪ੍ਰਸਤ ਹੈ। ਬਿਊਰੋ ਰਿਪੋਰਟ, ਪੰਜਾਬ ਟੂਡੇ।